बालन ढोल लगे जिन्ना चिर तक बन नहीं जांदी साडा बांदर वेखो कि चढ़िया हेलो दोस्तों की हाल चाल वीडियो देखते सारे दोस्तों मित्रों मेरी प्यार प्री सत श्री अकाल दोस्तों मैं आस करदा तुम सारे ठीक होवोगे तंदुरुस्त होवोगे दोस्तों अज बारिश बहुत हुई सारे पंजाब च हुई है तो अज ना आप बना लगे हाँ सौन दे खीर पूड़े तो वह माता नूं रिक्वेस्ट आप करते हैं पिता पुराने तरीके ट्रडिशनल तरीके किदा बनाते हैं तो अज आप माता नाल गलबात करते हैं किवें बनाउंदे खीर पूड़े बने रहो सारी वीडियो जो तुहानूं मजा आऊगा ते आजो बनाउंदे खीर पूड़े आपां हांजी दोस्तो अज मीह पै के हटिया वा ते बहुत ही मौसम ठंडा होया ते आपां माता नूं बेनती कीती है भी सानूं पूड़े बना के दे उह भी पुराने तरीके नाल अजक भी बीबिया बना तो तवे तो बुरश जहा मार दी अजक सिलीकोन का ज कोई होर तरीका नवा अपना पर मैं मम्मी ने कहा भी पुराने तरीके सू बना के दे जिम्मे पहला निके होंगे बना के दिनी हाँ जिमें पिपल के पित्ते मोरी जी करके जा डके टाकी जी बलेट के ना वह देसी जगाड़ जहा लाने होंगे असी उस तरीके आप जब मम्मी को कहोंगे बना के दे तो आज आप माता ने पूछते हैं भी ये किमें बनाई दे कि चीज़ों की जरूरत है हाँ जी अज अपना मीह पिया वा आपू बच्चे केंद्र पूड़े बना के दो देसी तरीके आओ जी आप पूड़े बनाने गुड़ के आटे के आप दसते हैं तुम ये पूड़े वास्ते कि चीज की जरूरत है हाँ जी आलो आ जी आटा तो गुड़ अद्धा किलो एक किलो आप आटा लिया तो अद्धा किलो गुड़ तो ये तेल जिन्ना लगेगा जिन्ना मतलब वैसे पा लेगा थोड़ा थोड़ा मतलब ज्यादा टुटदा नहीं गा चकनाहट जी बन जांदी हां हुण आपां तरीका जिहड़ा देसी जिस तरह बनाउणे आ आपां उहदा प्रबंध करदे आ आ लो आ वेखो मैं मुंडे कोल पत्ते मंगाए सी दो घोल तवे दे पावांगे खलारांगे खलार दियां वा चाहे कड़छी नाल खलार लैंदियां चाहे गत्ते जे दा बना लैंदियां वा पर देसी तरीका ए हुंदा ही हां साडिया माता साडी सास एदा बना के सानू दिंदी हुंदी ही एदा शेक जा करके इहनू आपां फोल्ड कर लेना ओके ए रोलर जा बन गया ए इहदे नाल इस तरह करके फिर आपां बनावांगे बड़े हाथ ते करके विखाओ किदां करना ए इंच करके अच्छा अच्छा करके पूड़ा तवे ते खलार लेना तवे ते खलार लो जी ए माता ने बना लिया देसी रोलर जा देसी बुरश बनावांगे गंड मार दांगे
ਇਹ ਦੇਸੀ ਤਰੀਕੇ ਹੁੰਦੇ ਪਿਛਲੇ ਜਿਹੜੇ ਪੁਰਾਣੇ ਨੁਕਤੇ ਜਿਹੜਾ ਆਪਾਂ ਨੁਕਤੇ ਕਹਿੰਦੇ ਆਪਾਂ ਜਿੱਦਾਂ ਵੀ ਕੁਝ ਵੀ ਆ ਹਾਂ ਨੁਕਸਾ ਨੁਕਸਾ ਕਹਿੰਦੇ ਰਹੋ ਮੈਨੂੰ ਕਹਿਣਾ ਨਹੀਂ ਆਇਆ ਇਹਦੇ ਨੂੰ ਆਪਾਂ ਗੰਢ ਮਾਰ ਲੈਣੀ ਆ ਆਹ ਤਿਆਰ ਹੋ ਗਿਆ ਆਪਣਾ ਤੇਲ ਲਾਉਣ ਵਾਲਾ ਬੁਰਸ਼ ਤੇਲ ਲਾਉਣ ਵਾਲਾ ਬੁਰਸ਼ ਬੁਰਸ਼ ਇਹ ਆਪਣੇ ਸੰਤ ਸਿਆਦ ਤੂੰ ਸਾਰੇ ਤਿਆਰ ਕਰ ਲਏ ਆ ਕਰ ਲਿਆ ਬਸ ਹੁਣ ਆਪਾਂ ਅੱਗ ਬਾਲਾਂਗੇ ਓਕੇ ਤੇਲ ਪਹਿਲਾਂ ਆਪਾਂ ਗੁੜ ਘੋਲ ਲੈਣੇ ਆ ਅੱਛਾ ਗੁੜ ਹਾਂ ਆਟਾ ਛਾਣ ਲਿਆ ਆਪਾਂ ਤੇ ਹਾਂਜੀ ਹੁਣ ਗੁੜ ਆਪਾਂ ਜਿਹੜਾ ਘੋਲ ਲਾਂਗੇ ਇਹ ਛੋਟੇ ਛੋਟੇ ਟੁਕੜੇ ਆਪਾਂ ਕਰ ਲੈਣੇ ਆ ਤੇ ਬਾਕੀ ਪਾਣੀ ਚ ਘੋਲ ਜਾਣਾ ਜੀ ਇਧਰ ਨਿੱਕੀਆਂ ਮੱਖੀਆਂ ਵਾ ਮੱਖੀਆਂ ਆਪਣੀਆਂ ਸੁਣਦੀ ਗਿਣਦੀਆਂ ਨਹੀਂ ਇਹ ਮੱਖੀਆਂ ਵਿੱਚ ਆ ਜਾਂਦੇ ਗੁੜ ਚ ਪਤਾ ਹੁਣ ਵੇਲਣਾ ਫੜ ਲਿਆ ਤੂੰ ਇਹਨੂੰ ਥੋੜਾ ਥੋੜਾ ਆਪਾਂ ਇਹਨੂੰ ਇਸ ਤਰ੍ਹਾਂ ਪੀਸ ਲੈਣੇ ਆ ਨਾ ਬਰੀਕ ਕਰ ਲਾਂਗੇ ਅੱਛਾ ਹਾਂ ਫਿਰ ਛੇਤੀ ਹੋਰ ਜੂਗਾ ਠੀਕ ਆ ਅੱਜ ਤੇ ਅੱਜ ਕੱਲ ਤੇ ਉਹ ਮੁੰਗਲੇ ਜੇ ਮਿਲਦੇ ਆ ਸਿਲਵਰ ਦੇ ਆਹੋ ਉਹ ਵੀ ਹੈਗੇ ਆ ਪਰ ਆਪਾਂ ਦੇਸੀ ਤਰੀਕੇ ਨਾਲ ਸਾਰਾ ਦੇਸੀ ਕੰਮ ਕਰਾਂਗੇ ਸਾਡਾ ਬਾਂਦਰ ਵੇਖੋ ਕਿੱਥੇ ਚੜਿਆ ਪਿੰਜਰੇ ਤਾੜਿਆ ਪਿੰਜਰੇ ਚ ਬਾਂਦਰ ਨੂੰ ਕੈਮਰੇ ਆ ਗਏ ਤੇ ਵੱਡੇ ਵੱਡੇ ਸ਼ਰਮਾ ਜਾਂਦੇ ਜਰਾ ਵਿਚਾਰਾ ਜਵਾਕ ਦਾ ਸ਼ਰਮਾ ਗਿਆ ਚਲੋ ਜੀ ਖੇਡੋ ਇਹ ਚੁੱਲਾ ਗਿੱਲਾ ਹੋ ਗਿਆ ਅੱਜ ਆਪਣਾ ਤੇ ਆਪਾਂ ਦੂਜੇ ਚੁੱਲੇ ਤੇ ਵਰਕ ਕਰਾਂਗੇ ਕੰਮ ਕਰਾਂਗੇ ਉਹ ਤੁਹਾਨੂੰ ਦਿਖਾਉਂਦੇ ਆ ਸਾਡੇ ਬੰਦੇ ਵੇਖੋ ਇਹਦੇ ਬਾਲਣ ਢੋਲ ਲੱਗੇ ਆ ਪਤਾ ਪੂੜੇ ਬਣ ਲੱਗੇ ਤੇ ਬਾਲਣ ਵੀ ਜਮਾ ਕਰਨਾ ਪੈਣਾ ਕਿਉਂਕਿ ਇਹ ਬਹੁਤ ਮਿਹਨਤ ਦਾ ਕੰਮ ਹੈ ਪਾਣੀ ਸੁਕਾਉਣ ਵਾਲੀ ਗੱਲ ਹੁੰਦੀ ਆ ਆਟੇ ਚੋਂ ਤੇ ਇਹ ਚੁੱਲ੍ਹੇ ਤੇ ਬਣਾਵਾਂਗੇ ਜੇ ਆਪਾਂ ਤੇ ਬਾਲਣ ਸਾਡਾ ਗਿੱਲਾ ਹੋ ਗਿਆ ਤੇ ਹੁਣ ਨਵੇਂ ਬਾਲਣ ਦਾ ਅਰੇਂਜਮੈਂਟ ਕੀਤਾ ਉਹਦੇ ਵਾਸਤੇ ਲੇਬਰ ਲਾਈ ਆ ਵੇਖੋ ਤੇ ਉਹ ਲੇਬਰ ਲਿਆ ਲਿਆ ਬਾਲਣ ਸੁੱਟਣ ਦਈ ਆ ਤੇ ਇੱਧਰ ਆਪਣੀ ਮਾਤਾ ਵੇਖੋ ਹੋਰ ਨਵਾਂ ਕੰਮ ਕਰਨ ਲੱਗੀ ਪਤਾ ਇਹ ਰਗੜਾ ਲਾਉਣ ਲੱਗੀ ਫੇਰ ਕੁੰਡਾ ਯਾਰ ਫੜ ਲਿਆ ਮੈਂ ਸੌਂਫ ਚ ਮੈਂ ਫੇਰ ਪਾਲੀ ਆ ਇਹ ਸੌਂਫ ਜਵੈਣ ਜਿਹੜੀ ਆਪਾਂ ਇਹ ਗ੍ਰੈਂਡ ਕਰਨੀ ਪੀਸ ਕੇ ਪਾਉਣੀ ਆ ਬੱਚੇ ਕੱਢ ਦਿੰਦੇ ਵਿੱਚੋਂ ਓਵੇਂ ਆਪਣੇ ਗ੍ਰੈਂਡਰ ਹੈ ਉਹ ਚ ਕਰ ਲਈਏ ਨਹੀਂ ਕੁੰਡੇ ਡੰਡੇ ਨਾਲ ਕਰਾਂਗੇ ਨਾਲਾ ਥੋੜੀਆਂ ਜਿਹੀਆਂ ਨਿੱਕੀਆਂ ਲਾਚੀਆਂ ਪਾਵਾਂਗੇ ਅੱਛਾ ਪੁਰਾਣੇ ਤਰੀਕੇ ਨਾਲ ਹਾਂ ਇਹਨੂੰ ਗ੍ਰੈਂਡ ਕਰ ਲੈਣੇ ਚੰਗੀ ਤਰ੍ਹਾਂ ਤੇ ਫੇਰ ਪਾਵਾਂਗੇ ਵਿੱਚ ਕੀ ਤਰ੍ਹਾਂ ਆਪਾਂ ਕਰ ਲੈਣੇ ਗ੍ਰੈਂਡ ਤੇ ਫੇਰ ਆਪਾਂ ਪਾਉਣੇ ਵਿੱਚ ਚਾਵੇਂ ਚੁੱਲ੍ਹੇ ਤੇ ਆਪਾਂ ਜੇ ਕੰਮ ਕਰਾਂਗੇ ਇਹ ਚੱਕ ਬਾਲ ਕੇ ਦੇ ਚ ਆਪਾਂ ਪੂੜੇ ਬਣਾਵਾਂਗੇ ਚੱਲ ਤੇ ਆਪਾਂ ਲੋ ਜੀ ਹੁਣ ਇਹ ਗ੍ਰੈਂਡ ਹੋ ਗਿਆ ਹੁਣ ਆਪਾਂ ਵਿੱਚ ਪਾ ਦਾਂਗੇ ਇਹਦਾ ਇਹ ਬੱਚਿਆਂ ਕਰਕੇ ਪਾਈਦਾ ਵਾ ਵੀ ਇਹ ਬੱਚੇ ਕੱਢ ਦਿੰਦੇ ਆ ਐਵੇਂ ਨਾ ਹਨੇਰਾ ਕਾਫੀ ਹੋ ਜਾਣਾ ਇਸ ਕਰਕੇ ਸਾਰੇ ਬੰਦੇ ਰਲ ਮਿਲ ਕੇ ਆਪਣਾ ਸਹਿਯੋਗ ਦੇ ਰਹੇ ਕੋਈ ਅੱਗ ਚ ਬਾਲਣ ਚ ਕੋਈ ਬਾਲਣ ਲਿਆਉਣ ਚ ਉਹ ਟਿੱਡੀ ਸਾਡੀ ਵੇਖੋ ਹਰੇਕ ਕੰਮ ਚ ਹਿੱਸਾ ਲੈਂਦੀ ਆ ਸੀਰਤ ਕਹਿੰਦੀ ਮੈਂ ਅੱਗ ਬਾਲਣੀ ਆ ਤੂੰ ਅੱਗ ਬਾਲੇਂਗਾ ਸੀਰਤ ਤੈਨੂੰ ਜਾ ਚਿਆ ਸੱਚੀ कख खान हुंदा वा तां करके ਅੱਜਕੱਲ ਤੇ ਮਤਲਬ ਮਸ਼ੀਨਾਂ ਆਈਆਂ ਨੇ ਘੋਲਦੇ ਆ ਨਹੀਂ ਆਪਾਂ ਹੱਥਾਂ ਤੋਂ ਹੀ ਕੰਮ ਲੈਨੇ ਆ ਜਿੰਨਾ ਮਿਲਿਆ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਫੇਰ ਮਿਲਦੇ ਆ ਤੁਹਾਨੂੰ ਆਟਾ ਇੱਕ ਚਿਮਚਾ ਆਪਾਂ ਲੂਣ ਪਾਵਾਂਗੇ ਆ ਲਓ ਆਪਣਾ ਬੈਟਰ ਜਿਹੜਾ ਮਾਰ ਬਣ ਗਿਆ ਵਾ ਚੰਗੀ ਤਰ੍ਹਾਂ ਜਿਹੜੀ ਆਪਣੀ ਗਿਲਟੀ ਗੁੱਠਲੀ ਜੀ ਉਹ ਮਾਰ ਲਈ ਆਪਾਂ ਤੇ ਹੁਣ ਆਪਣਾ ਉਹ ਜਿਹੜਾ ਪੂੜਾ ਪਕਾਉਣ ਯੋਗ ਹੋ ਗਿਆ ਵੇਖੋ ਤੇ ਆਪਾਂ ਜਿਹੜੀ ਇਹ ਸੌਂਫ ਜਵੈਣ ਹੈ ਇਹ ਵੀ ਪਾ ਲੈਨੇ ਆ ਇਹ ਵਿੱਚ ਸੌਂਫ ਜਵੈਣ ਤੇ ਲਾਚੀ ਨਿੱਕੀ ਇਹ ਮਿਕਸ ਕੀਤੀ ਹੈ ਇਹ ਹੁਣ ਕੂੜਿਆਂ ਦਾ ਭਾਤਾ ਜਿਹੜਾ ਤਿਆਰ ਹੋ ਗਿਆ ਇਹਨੂੰ ਆਪਾਂ ਇੱਕ ਭਾਂਡੇ ਚ ਪਾ ਲਾਂਗੇ ਆਪਾਂ ਸਾਰਾ ਬਾਲਟੀ ਚ ਪਾ ਲੈਨੇ ਕਿਉਂਕਿ ਮੱਖੀ ਬੜੀ ਆ ਆ ਲਓ ਜੀ ਅੱਗ ਆਪਾਂ ਬਾਲ ਲਈਏ ਤੇ ਤਵਾ ਰੱਖ ਲੈਨੇ ਆ ਤਵਾ ਰੱਖ ਲਿਆ ਆਪਾਂ ਇਹਨੂੰ ਗਰਮ ਹੋਣ ਤੇ ਤੇਲ ਲਾਵਾਂਗੇ ਤਵਾ ਗਰਮ ਹੋ ਗਿਆ ਤੇ ਆਪਾਂ ਤੇਲ ਲਾ ਲੈਨੇ ਆ ਇਸ ਤਰ੍ਹਾਂ ਦੇਸੀ ਤਰੀਕੇ ਨਾਲ ਆ ਬੁਰਸ਼ ਦੇਸੀ ਜਿਹੜਾ ਇਹਦੇ ਨਾਲ ਤੇਲ ਲਾਉਣਾ ਆਪਾਂ ਇਦਾਂ ਆਪਾਂ
कूड़े नू खिलार लेना इहदे नाल। सजे सजे खिलारी जाओ, इदा पतला पूड़ा हो जूगा फिर। जिन्ने पतले बन वधिया बन गए पूड़े। ਅੰਗੇ ਥੋੜਾ ਥੋੜਾ ਇੱਕ ਦੋ ਵਾਰੀ ਲਾਵਾਂਗੇ ਮੁੜ ਕੇ ਤਵਾ ਰਸ ਪੈ ਗਿਆ ਫੇਰ ਨਹੀਂ ਲੋੜ ਪੈਂਦੀ। ਇਹ ਲਾਉਣਾ ਜ਼ਰੂਰੀ ਹੈ ਮਤਲਬ ਤੇਲ? ਇਹ ਇੱਕ ਦੋ ਵਾਰੀ ਲਾਉਣਾ ਹੁੰਦਾ ਕਿਉਂਕਿ ਪੂੜਾ ਉੱਠ ਜਾਵੇ ਸਾਈਡਾਂ ਤੋਂ। ਇਦਾਂ ਕਰਕੇ ਸਜੇ ਸਜੇ ਆਪਾਂ ਇਹਨੂੰ ਹਿਲਾ ਲਾਂਗੇ ਸਿੱਪੀ ਦੀ ਮਦਦ ਦੇ ਨਾਲ। ਆਰਾਮ ਨਾਲ ਉੱਠ ਜਾਂਦਾ ਨਾ ਪੂੜਾ। मठी मठी अग ते पकण दे फिर वधिया बन दे पूड़े। बड़ा मतलब सबर वाला काम है। हां सबर वाला ते मेहनत वाला। सानू ते मजा आउंदा इस तरह चुल्हे ते बनाउंदा क्योंकि अहीं शुरू तो इस तरह बनाउंदे रहे चुल्हे। बहुत वधिया मतलब बनया है ना। हां कोई टुटा नहीं किसी पासों। ते ये दोवें पने तेल लाउणा जरूरी है? ए भावें दो पासे ला लो भावें ना लाओ, ओ आ तुहाडी मर्जी है। एक दो बारी लावांगे मुड़ के ना लावांगे तवा रस गया। हुण मैं तां एक दे नाल ना ए दूजियां मक्कियां घट गईयां ते अपनियां मक्कियां वध गईयां। हां अपनियां मक्कियां आ गईयां। पहले पहला पूड़ा ते चिड़ियां दा हुंदा दस दे। हां पाता चिड़ियां नूं पावांगे। पूड़ा अपना बन गया तां आपां इस तरह नूं दोहरा करके ऐ उतार ला लांगे। मामा पूड़ा दो मेहनत करके अग बाल ली है। थोड़ा जा मेहनत जरूर लगी आ। पित्तल वाले पतीले ने मिट्टी च ला ली आ। कुछ विच दुध पा लिया ते कुछ हुण दुध होर भी पावांगे आपां। इधर आपां खीर दा प्रोग्राम लगे आ करन। हुण दुध नूं गर्म होण देवांगे। प्रीति दुध किन्ना लिया मिंती गिनती च? आपां ए आपां 2 किलो दुध लिया वा ते 1 कौली कणियां लईआं वा। ओके 1 कौली कणियां 2 किलो दुध ते बाकी अपने हिसाब नाल जे दुध खुल्ला दुध खुल्ला पै जाणा। खीर च नहीं कोई मिंती गिनती है ना? कई ना पानी च उबाल के भी बना लैंदे बेचारे टाइम पास करन। चुले ते मेहनत कर दे अपने रल मिल के वेखो कौन किन्ने नंबर लैंदा। लो जी अपनी चंगेर च हुण पूड़े जमा होण लग पए। पहले तो अपने चिड़िया कावां ने कुछ जवाकां ने जमा होण दित्ते ते हुण अपने शुरू हो गई आमद पूड़ियां दी। लो जी आपां कणियां पालियां इहदे विच। हुण इहदे ते धोवाई करनी आ। कणियां आपां धो लैणियां वा ते अपना इधर दुध गर्म हो गया फिर आपां इहदे विच पावांगे। लो जी कणियां आपां धो लईआं वा ते हुण आपां इन्हां नूं पावांगे दुध दे विच। प्रीत हुण की करना? आपां इहनूं ढक दिंदे आ ते इहनूं चंगी तरह रिन्हणा वा खीर नूं। किन्ना टाइम? जिन्ना जे तक बन नहीं जांदी। ओके ओके ओके। लो जी बी टीम ने खीर अपनी रखती आ ते हुण चलांगे आपां ए टीम वल। उधर अपना काम ठीक आ ते पूड़े ते पूड़ा बना के सुट्टी जांदी आ। ਉਹ ਮਤਲਬ ਜਮਾ ਹੋ ਗਿਆ ਚਣਾ ਪਰ ਪਹਿਲੇ ਦੀ ਗੱਲ ਜਵਾਕ ਹੀ ਨਹੀਂ ਜਮਾ ਹੋਣ ਦਿੰਦੇ ਸਾਡੇ ਤੇ। ਇਹਨਾਂ ਵੀ ਨਾ ਪਹਿਲਾਂ ਪਹਿਲਾਂ ਖਾਣੇ ਆ ਮੁੜ ਕੇ ਨਹੀਂ ਇਹਨਾਂ ਨੇ ਖਾਣੇ।
जवाक भी गर्म गर्म ही खाते, गर्म गर्म स्वाद लगते, मुड़के ठंडे हुए खाते नहीं गए, चीरना नहीं इन्होंने खाने। इधर बापू अड़ा थाल खाली करके लेटे मारन दिया, पक्खी चली जाता वा, मौसम ठंडा। कड़ी केहो जे बने पूरे? ओ वधिया शेरा, बहुत वधिया, मैनू नज़ारे बड़े आए आ बहुत वधिया आए आ। होर आ गया जी? नहीं होर की खाना वा, मुड़ के क्या करनगे। रिकॉर्ड तोड़ते रिकॉर्ड, अज ठंडा ही इन्हें सोचा भी चल ठंडा मौसम से चल ठंडे सोहना लगता काम, बहुत वधिया बने जी। लो जी अपना तीसरा प्लेयर भी आ गया अपना मैदान च, जवाक जी ना जा सिखदा अपनी दादी कोल, दादी का कोई बैटर पतला रगाड़ा हो गया उन्हूं करन दी सैट, ये जवाक जा सीखन दिया। एक और जवाक साडा रजदा ही नहीं है, देखा जी धुआं पै गया, अजे बंदा नवा पुत ध्यान दे दादी की करती है। ये अपन बच्चे नूं पढ़ाना जरूरी है ना, ते ये भी चीजा जरूरी है। वेखो चल पुत दूजे बने कर। हाँ पुत कित्थे चले जे? वागरू दे कौन कौन चलिया? चाची मैं, चाची मैं। ओके जाओ मेरा पुत, चल कोई नहीं, ये भी कम जरूरी है पुत, पढ़ाई दे नाल नाल ये साड़ी पक्को आ। फिल्म पता केड़ी फिल्म च ना लेंदे आ? बंबू गार्ड च एक एक सम्मी हड्डी ते एक पक्को आ। मैनूं ना थोड़ा जिहा चुल्हे चौंके नाल प्रेम आ, ते दूजी नूं थोड़ा जिहा न्याण मत आ। लाओ जिहड़ा मेन कैमरामैन आ गया, इहदी विचारी दी ड्यूटी पक्की आ, फिर ट्यूशन ते जांदा, पढ़ाइयां वड्डियां हो गईआं इहनां दीआं, ट्यूशन तों आया विचारा लक सिद्धा कर लिया, हुण इह अपनी ड्यूटी सांभूगा, ते हुण मैं कैमरे दे अगे आऊंगा। उधर बापू साडा हिसाब किताब करन दिया वी किधरों वाधा ते किधरों घाटा वा, चलो इन्हू भी कर लेंदो हिसाब। लो जी बाबे वांगू रौल बदल गई आ, एक आडा पाठी उठ गया, दूजा बह गया, हुण इहदी खीर दा ध्यान ही रखना वा, उन्हें बस गुरुद्वारे जाना है। वो गुरुद्वारे चले गए आ सेवा करन, ते खीर हुण बाबा मठी मठी अग ते रहिणगे। ते आपां अपने ड्राई फ्रूट कट लैणे आ, कुछ पिस्ते आ ते कुछ बदाम आ, इन्हां दी कटिंग करदे आ। ते इन्हां दा ते आपां की कटणा खीर ते ਇਹ ਸੂ ਸਬੂਤੀਆਂ ਪਾ ਦੇਣਾ ਧੋ ਕੇ ਮਲਾਈਆਂ ਇਹ ਚਾਹੀਦੀ ਹੈ ਇਦਾਂ ਵਿੱਚ। ਹਾਂ ਖਾਲੀ ਲਾ ਲਓ ਖੀਰ ਬਾਹਰ ਨਾ, ਆਰਡਰ ਹੋਇਆ ਵੀ ਥਾਲੀ ਲਾ ਦਿਓ, ਖੀਰ ਉੱਬਲ ਜਾਣੀ ਆ, ਇਹਨੂੰ ਇਦਾਂ ਹੀ ਆਪਾਂ ਨੰਗਾ ਹੀ ਰਹਿਣਾਂਗੇ। ਲਓ ਜੀ ਬਾਲਣ ਦੀ ਜ਼ਰੂਰਤ ਬਹੁਤ ਹੈ ਅੱਜ, ਤੇ ਬਾਲਣ ਤਕਰੀਬਨ ਆਪਣੇ ਕੋਲ ਵਾਵਾ ਪਿਆ ਪਰ ਗਿੱਲਾ ਹੋ ਗਿਆ, ਹੁਣ ਸੁੱਕਾ ਸੁੱਕਾ ਰੱਖਾਂਗੇ ਤੇ ਨਾਲ ਨਾਲ ਲਾਈ ਜਾਵਾਂਗੇ। ਇਹ ਵੀ ਪੁੱਤ ਪਾਣੀ ਸੁਕਾਉਣ ਵਾਲਾ ਗੱਲ ਹੁੰਦਾ ਵਾ, ਉੱਤੇ ਲੀਕ ਵਾਟਰ ਮਾਦਾ ਪਾ ਦਿੰਦੀ ਆ, ਇਹ ਵੇਲਾ ਸਾਡਾ ਕਿਉਂ, ਇਹ ਨਵਾਂ ਪਲੇਅਰ ਤਿਆਰ ਕੀਤਾ ਵਾ, ਇਹ ਸਾਡੀ ਪੱਕੋ ਆ। ਚੱਲ ਮਤਲਬ ਪਾ ਲਓ ਜੀ, ਤਾਂ ਆਪਾਂ ਨਾ ਬਰੀਕ ਬਰੀਕ ਤੇ ਪਤਲੇ ਪਤਲੇ ਸਲਾਈਸ ਕੱਟਾਂਗੇ ਹੁੰਦੇ, ਇਸੇ ਤਰ੍ਹਾਂ ਆਪਾਂ ਪਿਸ ਆ ਗਈਆਂ 7 ਮਲਾਈਆਂ ਦੁੱਧ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜਾ ਕੱਟਿਆ ਡਰਾਈ ਫਰੂਟ, ਇਹ ਕੱਟਿਆ ਡਰਾਈ ਫਰੂਟ ਪਿਸਤਾ ਤੇ ਬਦਾਮ ਇਹ 'ਚ ਕਰਾਂਗੇ, ਇਹ 'ਚ ਆਪਾਂ ਰਲਾ ਦਾਂਗੇ, ਤੇ ਨਾਲ ਹੀ ਆਪਣੀਆਂ ਜਿਹੜੀਆਂ ਦਾਖਾਂ ਇਹ ਵੀ ਵਿੱਚ ਪਾ ਦਾਂਗੇ। ਹੁਣ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਰਿੰਨਾਂਗੇ, ਤੇ ਰਿੱਝ ਰਿੱਝ ਕੇ ਆਪਣੀ ਖੀਰ ਬਣੂਗੀ, ਤੇ ਫਿਰ ਆਪਾਂ ਕੂੜਿਆਂ ਨਾਲ ਖਾਵਾਂਗੇ। ਕੁਝ ਸਾਡੇ ਬੰਦੇ ਠੰਡੀ ਕਰਕੇ ਖਾਂਦੇ ਆ, ਕੁਝ ਗਰਮ ਗਰਮ ਖਾਂਦੇ ਆ। ਡੈਡੀ ਹੁਣ ਡਿਊਟੀ ਅੱਗ ਤੇ ਲੱਗ ਹੀ ਲੱਗਦਾ, ਉਹ ਕੀ ਤੈਨੂੰ ਦੱਸਾਂ, ਫਿਰ ਬਾਲਣ ਗਿੱਲਾ ਜੂ ਹੋ ਗਿਆ ਵਾ, ਤੇ ਕਰਨਾ ਤੇ ਪੈਣਾ ਵਾ, ਕੋ ਡੂਗਾ ਵਾ, ਗ੍ਰਿਸਤੀ ਦਾ ਮਾਮਲਾ ਹੈ। ਆਹੋ ਜੀ ਹੁਣ ਕੀ ਕਰੀਏ ਫਿਰ।
ਰੋਟੀ ਹੁੰਦਾ ਕੰਮ ਇਹਦਾ ਆਹੋ ਜੀ ਰੁੱਤ ਰੁੱਤ ਦਾ ਮੇਵਾ ਹੁੰਦਾ ਨਾ ਜਿਵੇਂ ਖਰਬੂਜਿਆਂ ਦੀ ਰੁੱਤ ਹੈ ਖਰਬੂਜੇ ਆਉਂਦੇ ਆ ਕੋ ਪਿੱਛੋਂ ਕੋਨੇ ਖਰਬੂਜੇ ਆ ਜਾਂਦੇ ਕੋਈ ਸੌਣ ਜੀ ਕੰਮ ਹੁੰਦਾ ਪੱਕਾ ਇਹਦਾ ਆਹੋ ਜੀ ਸੌਣ ਦਾ ਇਹ ਮਹੀਨਾ ਇੱਕ ਤਿਹਾਰ ਹੀ ਹੁੰਦਾ ਵਾ ਜਿਵੇਂ ਕੋਈ ਮੱਸਿਆ ਆ ਗਈ ਆ ਮਹੀਨੇ ਬਾਅਦ ਮੱਸਿਆ ਆਉਂਦੀ ਆ ਸੰਗਰਾਂਦ ਮਹੀਨੇ ਬਾਅਦ ਆਉਂਦੀ ਪੁੰਨਿਆ ਮਹੀਨੇ ਬਾਅਦ ਆਉਂਦੀ ਆਹੋ ਗੁਰਦੁਆਰੇ ਆਪਾਂ ਅੱਗ ਪਿੱਛੇ ਵੀ ਜਾਂਦੇ ਆ ਪਰ ਮੱਸਿਆ ਦੇ ਕੋਈ ਸ਼ੁਭ ਮੰਗਣੇ ਆ ਇਹਦਾ ਕੰਮ ਨਹੀਂ ਉਹ ਦਿੱਤੇ ਹੁੰਦੇ ਕਿ ਨਹੀਂ ਮਿਲੇ ਹੁੰਦੇ ਆ ਸਾਲ ਦੇ ਵਿੱਚ ਇਤਨਾ ਕਰਨਾ ਤੇ ਇਤਨਾ ਨਾਲੇ ਸੀਜ਼ਨ ਦਾ ਕੰਮ ਹੁੰਦਾ ਇਤਨਾ ਗਰਮੀ ਜਾਮ ਪਿਆ ਮਤਲਬ ਹੋਰ ਫਲ ਫਰੂਟ ਦੇ ਰੁੱਤ ਦੇ ਹਿਸਾਬ ਨਾਲ ਆਉਂਦਾ ਵਾ ਹੁਣ ਕੁੜੀਆਂ ਵਾ ਅੱਗੋਂ ਪਿੱਛੋਂ ਕਿਉਂ ਨਹੀਂ ਚੜ੍ਹਾਉਂਦੀਆਂ ਨਹੀਂ ਦੀਆਂ ਵਾ ਜਿਹੜੀਆਂ ਵਿਆਹੀਆਂ ਹੁੰਦੀਆਂ ਖ਼ਾਸ ਕਰਕੇ ਸੌਣ ਦੇ ਮਹੀਨੇ ਦੇ ਵਿੱਚ ਆਪਦੇ ਪੇਕਿਆਂ ਨੂੰ ਜਾਂਦੀਆਂ 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 ਤੇ ਚਾਹ ਮਿਆਰ ਲੱਤੀਆਂ ਤਾਂ ਵੇਖ ਆਉਂਦੀਆਂ ਨੇ ਮਾਂ ਪਿਓ ਨੂੰ ਮਿਲ ਆਉਂਦੀਆਂ ਮਨ ਠੰਡੇ ਹੋ ਜਾਂਦੇ ਠੰਡੇ ਹੋ ਜਾਂਦੇ ਠੰਡੇ ਹੋ ਜਾਂਦੇ ਗੱਲ ਸਹੀ ਆ ਇਹਨਾਂ ਪੁਰਾਣੀਆਂ ਰੀਤਾਂ ਭੁੱਲਦੇ ਜਾਂਦੇ ਆਪਾਂ ਜ਼ਮਾਨਾ ਆ ਗਿਆ ਨੈੱਟ ਦਾ ਹਾਂਜੀ ਨੈੱਟ ਤੇ ਵੇਖ ਲੈਂਦੇ ਆ ਨੈੱਟ ਤੇ ਵੀਡੀਓ ਕਾਲ ਕਰ ਲੈਂਦੇ ਆ ਤੇ ਉਹਨੇ ਔਖੇ ਹੋ ਜਾਂਦੇ ਆਪਾਂ ਸਮੇਂ ਲੰਘਦੇ ਹੁੰਦੇ ਨੇ ਫਰਕ ਕਾਲਯੁਗ ਦਾ ਜ਼ੋਰ ਜ਼ਿਆਦਾ ਪੈਂਦਾ ਜਾਂਦਾ ਸ਼ਾਹ ਜੀ ਕਾਲਯੁਗ ਦਾ ਕਾਲਯੁਗ ਦਾ ਚਲੋ ਸਮੇਂ ਸਮੇਂ ਨਾਲ ਚੱਲ ਰਿਹਾ ਇਹ ਵੀ ਕੰਮ ਆ ਤੂੰ ਆਪਾਂ ਅੱਜ ਪੁਰਾਣੇ ਹਿਸਾਬ ਨਾਲ ਪੂੜੇ ਬਣਾਏ ਤੂੰ ਅੱਜ ਆਰਾਮ ਨਾਲ ਪਹਿਲਾਂ ਖੋਲ ਮੈਂ ਖਾਰਾ ਖੂਰਾ ਮੈਂ ਆਇਆ ਚੱਲ ਖਾਰਾ ਘੁੱਟ ਪੀ ਲੇਗਾ ਹਜਮ ਹੋ ਜੂਗੀ ਕਲੇਜਾ ਡੇਕ ਹੋ ਗਿਆ ਤੇਰਾ ਤੂੰ ਪੀਣਾ ਵਾ ਖਾਰਾ ਮਾਰ ਨਹੀਂ ਮੈਂ ਨਹੀਂ ਪੀਣਾ ਮੈਂ ਖਾਰਾ ਤੂੰ ਬੋਤਲ ਗਈ ਜਾਂਦਾ ਮੈਂ ਖਾਰਾ ਲੈ ਕੇ ਬੈਠਾ ਹੀ ਅੱਛਾ 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 ਉਹ ਲੱਗਦਾ ਹੈ ਨਾ ਉਹਦੇ ਨਾਲ ਡੋਰਾ ਜਿਹਾ ਬਣਿਆ ਦਾ ਤੇਰਾ ਵਾ ਭਰਾਵਾ ਫ੍ਰਿਜ 'ਚ ਰੱਖਿਆ ਸੀ ਉਹ ਤਾਂ ਕਰਕੇ ਮੁੜ ਕੇ ਆਇਆ ਵਾ ਚਲੋ ਕੋਈ ਗੱਲ ਨਹੀਂ ਛਕੋ 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 ਲੋ ਮਿੱਤਰੋ ਖੀਰ ਆਪਣੀ ਬਣ ਗਈ ਆ ਤੇ ਹੁਣ ਇਹਨੂੰ ਚੁੱਲ੍ਹੇ ਤੋਂ ਲਾਹ ਦਾਂਗੇ ਥੋੜ੍ਹੀ ਪਤਲੀ ਹੈ ਠੰਡੀ ਹੋ ਗਈ ਹੋਰ ਸੰਘਣੀ ਹੋ ਜਾਣੀ ਆ ਲਓ ਜੀ ਅਤੇ ਇਹਨੂੰ ਉੱਤੇ ਦੇਵਾਂਗੇ ਟੱਕ ਦੋਸਤੋ ਆਪਣੇ ਖੀਰ ਪੂੜੇ ਹੋ ਗਏ ਰੈਡੀ ਖੀਰ ਵੀ ਬਣ ਗਈ ਆ ਪੂੜੇ ਵੀ ਬਣ ਗਏ ਆ ਤੇ ਖੀਰ ਪੂੜੇ ਆਪਾਂ ਖਾ ਕੇ ਠੰਡੇ ਠੰਡੇ ਮੌਸਮ 'ਚ ਕਰਦੇ ਹਾਂ ਇੰਜੋਏ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਦੱਬ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ।